ਕਾਰਡ ਖਾਤਰ ਬਹੁਤ ਛੋਟੀ ਜਿਹੀ ਅਮਾਊਂਟ ਹੈ, ਕਰਕੇ ਇਹ ਬਹੁਤ ਵੱਡੀ ਫੈਸਿਲਿਟੀ ਹੋਊਗੀ। ਇਹਨਾਂ ਦਾ ਮਕਸਦ ਇੱਕੋ ਇੱਕ ਸੀ ਕਿ ਵੀ ਸਰਕਾਰ ਲਿਆਓ, ਜਿਵੇਂ ਮਰਜ਼ੀ ਲਿਆਓ, ਝੂਠ ਬੋਲੋ, ਸੱਚ ਬੋਲੋ। ਸਾਬਕਾ ਪੰਚਾਇਤ ਮੰਤਰੀ ਸਰਦਾਰ ਸੁਰਜੀਤ ਸਿੰਘ ਰੱਖੜਾ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਰੱਖੜਾ ਸਾਹਿਬ, ਅਕਾਲੀ ਦਲ ਅਤੇ BJP ਦੇ ਵਿੱਚ ਦਬੀ ਜ਼ਬਾਨ ਦੇ ਵਿੱਚ ਥੋੜ੍ਹਾ ਵਖਰੇਵਾਂ ਚੱਲ ਰਿਹਾ, ਆਖਿਰ ਕਿਉਂ ਦਬੀ ਜ਼ਬਾਨ ਦੇ ਵਿੱਚ ਕੀ ਪਾਰਟੀਆਂ ਅਲੱਗ ਹੋ ਰਹੀਆਂ ਨੇ? ਕੋਈ ਵਖਰੇਵਾਂ ਨਹੀਂ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਕੱਠੀਆਂ ਨੇ। ਥੋੜ੍ਹਾ ਬਹੁਤਾ ਕਿਤੇ ਨਾ ਕਿਤੇ ਕੋਈ ਗੱਲ 'ਤੇ ਕੋਈ ਡਿਫਰੈਂਸ ਆ ਜਾਂਦੇ ਨੇ, ਉਹ ਦੂਰ ਕਰਨੇ ਹੁੰਦੇ ਨੇ। ਸੋ ਇਹ ਵੀ ਨਰੇਠ ਸਾਹਿਬ ਥੋੜ੍ਹਾ ਬਹੁਤਾ ਫਰਕ ਸੀ, ਉਸ ਗੱਲ ਦਾ ਫਰਕ ਕੱਢ ਲਿਆ ਅਤੇ ਗੱਲ ਠੀਕ ਹੋ ਗਈ। ਦੇਖੋ, ਜਦੋਂ ਆਪਾਂ ਪਰਿਵਾਰ ਦੇ ਵਿੱਚ ਰਹਿੰਦੇ ਹਾਂ, ਉਹ ਥੋੜ੍ਹਾ ਬਹੁਤਾ ਫਰਕ ਤਾਂ ਕਿਤੇ ਨਾ ਕਿਤੇ ਆਉਂਦਾ ਹੈ, ਪਰ ਉਹ ਜਿੱਥੋਂ ਬੈਠ ਕੇ ਨਿਬੜ ਜੇ ਗੱਲ ਮੁੱਕ ਜਾਂਦੀ ਹੈ, ਉਹ ਗੱਲ ਮੁੱਕ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਦਲ ਇਕੱਠੇ ਨੇ। ਰੱਖੜਾ ਸਾਹਿਬ, ਇੱਕ ਪਾਸੇ ਵਖਰੇਵਾਂ ਹੁੰਦਾ ਤਾਂ ਇੱਕ ਪਾਸੇ ਬੀਬਾ ਹਰਸਿਮਰਤ ਬਾਦਲ ਨੇ ਜਿਹੜੇ ਉਹ ਉੱਥੋਂ ਆਪਣਾ ਮੰਤਰੀ ਨੇ, ਕਿੱਕਲੀ ਪਾਈ ਜਾਂਦੀ ਹੈ, ਤਾਂ ਉਹਨਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਨਹੀਂ ਆ ਰਿਹਾ ਕਿ ਇੱਦਾਂ ਦੀ ਕੋਈ ਗੱਲ ਹੈਗੀ ਹੈ? ਕੋਈ ਬਿਆਨ ਵਾਲੀ ਗੱਲ ਹੈ ਹੀ ਨਹੀਂ। ਜਿਹੜਾ ਫਰਕ ਆਇਆ, ਅਸੀਂ ਸਾਡੇ ਪ੍ਰਧਾਨ ਸਾਹਿਬ ਨੇ ਸਤਿ ਸੁਖਬੀਰ ਸਿੰਘ ਬਾਦਲ ਅਤੇ ਅੰਮ੍ਰਿਤ ਸ਼ਾਹ ਦੀ ਗੱਲ ਕੀਤੀ ਉਹਦੇ ਪ੍ਰਧਾਨ ਨਾਲ, ਅਤੇ ਉਹਨੇ ਕਿਹਾ ਵੀ ਠੀਕ ਹੈ, ਸਾਡੀ ਗਲਤੀ ਹੋ ਗਈ, ਅਸੀਂ ਇਹਨੂੰ ਅਮੈਂਡ ਕਰ ਲੈਣਾ, ਅਸੀਂ ਠੀਕ ਕਰ ਲੈਣਾ, ਗੱਲ ਮੁੱਕੀ। ਰੱਖੜਾ ਸਾਹਿਬ, ਪਿਛਲੇ ਦਿਨੀ ਬਿਕਰਮ ਮਜੀਠੀਆ ਪਟਿਆਲਾ ਆਏ, ਉਹਨਾਂ ਵੱਲੋਂ ਮੋਬਾਈਲਾਂ ਦੀ ਹੱਟੀ ਲਗਾਈ ਗਈ ਕਿ ਮੋਬਾਈਲ ਫੋਨ ਸੀਗੇ ਜਿਹੜੇ ਉਹ ਸਰਕਾਰ ਨੂੰ ਦੇਣੇ ਚਾਹੀਦੇ ਸੀ। ਕੀ ਤੁਹਾਨੂੰ ਲੱਗਦਾ ਹੈਗਾ ਕਿ ਖਜ਼ਾਨੇ ਦੇ ਉੱਤੇ ਇਹ ਬੋਝ ਹੋਰ ਪਾਉਣਾ ਚਾਹੀਦਾ ਕਿ ਮੋਬਾਈਲ ਨੇ ਜਿਹੜੇ ਯੂਥ ਨੂੰ ਦੇਣੇ ਚਾਹੀਦੇ ਨੇ, ਜਦਕਿ ਅੱਜ ਕੱਲ੍ਹ ਹਰ ਇੱਕ ਜਿਹੜਾ ਵਿਅਕਤੀ ਹੈਗਾ ਉਹਦੀ ਜੇਬ ਦੇ ਵਿੱਚ 2 ਮੋਬਾਈਲ ਹੈਗੇ ਨੇ? ਦੇਖੋ, ਗੱਲ ਇਹ ਹੈ, ਜਦੋਂ ਕੋਈ ਇਲੈਕਸ਼ਨ ਆਉਂਦੀ ਹੈ, ਆਪਾਂ ਚੋਣ ਮੈਨੀਫੈਸਟੋ ਬਣਾਉਂਦੇ ਹਾਂ, ਲੋਕਾਂ ਦੇ ਨਾਲ ਪ੍ਰੋਮਿਸਿਜ਼ ਕਰਦੇ ਹਾਂ, ਲੋਕ ਉਹਨਾਂ ਪ੍ਰੋਮਿਸਿਜ਼ ਦੇ ਉੱਤੇ ਵੋਟ ਪਾਉਂਦੇ ਨੇ। ਜੋ ਪ੍ਰੋਮਿਸ ਕੋਈ ਵੀ ਕਰਦੀ ਹੈ, ਕੋਈ ਪਾਰਟੀ ਕਰਦੀ ਹੈ, ਉਹਦੀ ਡਿਊਟੀ ਬਣਦੀ ਹੈ ਸਰਕਾਰ ਬਣਨ ਤੋਂ ਬਾਅਦ ਉਹ ਪ੍ਰੋਮਿਸ ਪੂਰਾ ਕਰੇ। ਔਰ ਸਾਡੀ ਡਿਊਟੀ, ਅਸੀਂ ਆਪੋਜੀਸ਼ਨ 'ਚ ਹਾਂ, ਕਿ ਸਰਕਾਰ ਨੂੰ ਜਗਾਉਣਾ ਕਿ ਤੁਸੀਂ ਉੱਠੋ ਅਤੇ ਤੁਸੀਂ ਜਿਹੜੇ ਪ੍ਰੋਮਿਸ ਕੀਤੇ ਨੇ ਉਹ ਪੂਰੇ ਕਰੋ। ਸੋ ਇਹ ਜਗਾਉਣ ਦੇ ਲਈ ਸਾਨੂੰ ਕਰਨਾ ਪੈਂਦਾ, ਜੇ ਸਰਕਾਰ ਆਪਣੇ ਆਪ ਕੰਮ ਕਰੀ ਜਾਵੇ ਤਾਂ ਸਾਨੂੰ ਜਗਾਉਣ ਦੀ ਲੋੜ ਨਾ ਪਵੇ। ਰੱਖੜਾ ਸਾਹਿਬ, ਕਿਸਾਨਾਂ ਦਾ ਮੁੱਦਾ ਹੈਗਾ, ਪਿਛਲੇ ਦਿਨ ਬਜਟ ਵੀ ਆਇਆ ਹੈਗਾ, 6000 ਰੁਪਏ ਦੇਣ ਦੀ ਜਿਹੜੀ ਗੱਲ ਕਹੀ ਗਈ ਹੈ, ਤਾਂ ਕਿਸਾਨ ਨੇ ਸੰਤੁਸ਼ਟ ਨਹੀਂ ਹੈਗੇ ਕਿਸੇ ਵੀ ਗੱਲ ਨੂੰ ਲੈ ਕੇ, ਅਤੇ ਖੁਦਕੁਸ਼ੀਆਂ ਕਿਸਾਨਾਂ ਦੀਆਂ ਜਿਹੜੀਆਂ ਲਗਾਤਾਰ ਚੱਲ ਰਹੀਆਂ, ਕਿਸ ਤਰ੍ਹਾਂ ਦੇਖਦੇ ਹੋ ਕਿ ਸਰਕਾਰ ਨੇ ਜਿਹੜਾ ਬਜਟ ਦੇ ਵਿੱਚ ਦਿੱਤਾ, ਉਹ ਜਿਹੜੇ ਨੇਤਾ ਹੈਗੇ, ਕਿਸਾਨ ਨੇਤਾ ਨੇ ਜਾਂ ਆਮ ਕਿਸਾਨ ਨੇ, ਉਹਨਾਂ ਨੂੰ ਵੀ ਗੱਲਬਾਤ ਹੋਈ ਆ, ਉਹ ਕਹਿੰਦੇ ਕਿ ਨਾ ਕਾਫੀ ਹੈਗਾ? ਦੇਖੋ, ਅਸੀਂ ਵੀ ਐਡਮਿਟ ਕਰਦੇ ਹਾਂ ਕਿ 6000 ਰੁਪਇਆ ਬਹੁਤ ਘੱਟ ਹੈ, 6000 ਦੀ ਰਿਵਾਇਤ ਘੱਟੋ ਘੱਟ ਇਹਨੂੰ ਦੁੱਗਣਾ ਕਰਕੇ ਮੈਚ ਸਰਕਾਰ ਕਰੇ, ਸਟੇਟ ਦੀ ਸਰਕਾਰ ਕਰੇ, ਅਤੇ ਘੱਟੋ ਘੱਟ 24000 ਰੁਪਇਆ ਮਿਨੀਮਮ ਤੋਂ ਮਿਨੀਮਮ ਚਾਹੀਦਾ, ਅਤੇ ਜਿਹਦੇ ਨਾਲ ਕਿਸਾਨ ਦਾ ਥੋੜ੍ਹਾ ਬਹੁਤਾ ਸਰਦਾ ਹੈ, ਅਤੇ 6000 ਰੁਪਏ ਦਾ ਘੱਟ ਹੈ ਅਸੀਂ ਕਰਦੇ। ਸਾਡਾ ਇੱਕ ਡੈਲੀਗੇਸ਼ਨ ਮੈਂਬਰ ਪਾਰਲੀਮੈਂਟ ਦਾ, ਜਿਹੜੇ ਸਾਡੇ ਪ੍ਰਧਾਨ ਨੇ ਉਹ ਅਤੇ ਸਾ ਇੱਕ ਬਣਾਉਣਗੇ, ਅਤੇ ਸਾਰੇ ਜਾਣੇ ਅੰਮ੍ਰਿਤ ਸ਼ਾਹ ਨੂੰ ਵੀ ਅਤੇ ਮੋਦੀ ਸਾਹਿਬ ਨੂੰ ਮਿਲਣਗੇ ਕਿ ਇਹਨੂੰ ਅਸੀਂ ਵਧਾਇਆ ਜਾਵੇ। ਪਰ ਸ਼ੁਰੂਆਤ ਹੋਈ ਹੈ, ਸ਼ੁਰੂਆਤ ਚੰਗੀ ਹੈ, ਅਤੇ ਹੁਣ ਵਧਾਉਣਾ ਅੱਗੋਂ ਸੌਖਾ ਹੋਊਗਾ। ਰੱਖੜਾ ਸਾਹਿਬ, ਪਿਛਲੇ ਦਿਨੀ ਡਾਕਟਰ ਧਰਮਵੀਰ ਗਾਂਧੀ ਨੇ ਇਹ ਗੱਲ ਕਹੀ ਹੈਗੀ ਹੈ ਕਿ ਜਿਹੜਾ ਪਟਿਆਲਾ ਤੋਂ ਮੋਹਾਲੀ ਰੇਲ ਲਿੰਕ ਹੈਗਾ, ਜਿਹੜਾ ਬਠਿੰਡਾ ਤੋਂ ਬਣਨਾ ਸੀਗਾ, ਉਸ ਨੂੰ ਉਹਨਾਂ ਨੇ ਮਨਜ਼ੂਰ ਕਰਾਇਆ। ਘੱਟੋ ਘੱਟ 20 ਵਾਰ ਉਹਨਾਂ ਦੇ ਮੰਤਰੀਆਂ ਨਾਲ ਗੱਲਬਾਤ ਹੋਈ, 2 ਵਾਰ ਆਪਣਾ ਪ੍ਰਧਾਨ ਮੰਤਰੀ ਨਾਲ ਗੱਲ ਹੋਈ, ਲੇਕਿਨ ਪੰਜਾਬ ਸਰਕਾਰ ਹੈਗੀ ਜਿਹੜੀ 78 ਕਰੋੜ ਰੁਪਈਆ ਜਿਹੜਾ ਉਹ ਦੇਣ 'ਚ ਨਹੀਂ ਆ ਰਹੀ ਹੈਗੀ, ਜਿਸ ਕਰਕੇ ਉਹ ਕੰਮ ਲਟਕਿਆ ਪਿਆ। ਜਦਕਿ ਇੱਕ ਪਾਸੇ ਤਜਵੀਜ਼ ਪਾਸ ਕੀਤੀ ਜਾਂਦੀ ਹੈ ਕਿ 80 ਕਰੋੜ ਰੁਪਏ ਦੀਆਂ ਲਗਜ਼ਰੀ ਗੱਡੀਆਂ ਖਰੀਦੀਆਂ ਜਾਣ, ਲੋਕਾਂ ਦੀ ਸਹੂਲਤ ਲਈ 78 ਹਜ਼ਾਰ ਕਰੋੜ ਰੁਪਇਆ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ, ਕੀ ਇਸ ਤਰ੍ਹਾਂ ਕਿਸ ਨਜ਼ਰ ਨਾਲ ਦੇਖਦੇ ਹੋ ਤੁਸੀਂ? ਦੇਖੋ, ਇਸ ਗੱਲ ਨੂੰ ਸਾਰੀ ਦੁਨੀਆ ਕੰਡੈਮ ਕਰਦੀ ਹੈ ਕਿ ਇੱਕ ਬਹੁਤ ਵੱਡੀ ਸਹੂਲਤ ਹੈ, ਜੇ ਉਹ ਸਹੂਲਤ ਮਿਲ ਸਕਦੀ ਹੈ। 70 ਕਰੋੜ ਰੁਪਇਆ ਮੇਰਾ ਖਿਆਲ ਹੈ ਕੋਈ ਬਹੁਤੀ ਵੱਡੀ ਅਮਾਊਂਟ ਹੈ ਨਹੀਂ, ਅਤੇ ਸਰਕਾਰ ਖਾਤਰ ਬਹੁਤ ਛੋਟੀ ਜਿਹੀ ਅਮਾਊਂਟ ਹੈ, ਕਰਕੇ ਇਹ ਬਹੁਤ ਵੱਡੀ ਫੈਸਿਲਿਟੀ ਹੋਊਗੀ, ਅਤੇ ਇਹ ਕਰਨਾ ਚਾਹੀਦਾ। ਇਹਨੂੰ ਐਂ ਕਹਿਣਾ ਕਿ ਗੱਡੀਆਂ ਗੁੱਡੀਆਂ ਬਾਅਦ 'ਚ ਲੈ ਜਾਣਗੇ, ਜਦੋਂ ਮਰਜ਼ੀ ਲੈਣ ਗੱਡੀਆਂ ਨੂੰ ਕੋਈ ਰੋਕਦਾ, ਜਦੋਂ ਮਰਜ਼ੀ ਲੈ ਲੈਣ, ਪਰ ਇਹ ਜਿਹੜੀ ਸਹੂਲਤ ਹੈ ਇਹ ਅਵੇਲ ਕਰਨੀ ਚਾਹੀਦੀ ਹੈ, ਅਤੇ ਇਹ ਲੋਕਾਂ ਨੂੰ ਪੈਸੇ ਦੇ ਕੇ ਜ਼ਮੀਨ ਲੈ ਕੇ ਇਹ ਸ਼ੁਰੂ ਕਰਾਉਣਾ ਚਾਹੀਦਾ ਕੰਮ। ਜੀ, ਰੱਖੜਾ ਸਾਹਿਬ, ਜਿਸ ਤਰ੍ਹਾਂ ਲੋਕ ਸਭਾ ਚੋਣ ਹੈਗੀ ਹੈ ਜਿਹੜੀ, ਉਹਦਾ ਆਗਾਜ਼ ਹੋ ਚੁੱਕਿਆ 2019, ਜਿਹੜਾ ਕਾਂਗਰਸ ਹੈਗੀ, ਕਾਂਗਰਸ ਦੇ ਵਿੱਚ ਟਿਕਟਾਂ ਨੂੰ ਲੈ ਕੇ ਪਹਿਲਾਂ ਤਾਂ ਰਫੜ ਪਿਆ ਹੋਇਆ। ਪਟਿਆਲਾ ਸੀਟ ਦੀ ਗੱਲ ਕਰੀਏ, ਕਾਕਾ ਰਣਦੀਪ 2 ਵਾਰ ਮੰਗ ਕਰ ਚੁੱਕੇ ਨੇ, ਦਾਅਵੇਦਾਰੀ ਜਾ ਚੁੱਕੇ ਨੇ ਕਿ ਪਟਿਆਲਾ ਤੋਂ ਇਲੈਕਸ਼ਨ ਲੜਨੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਇੱਕ ਘਰ ਦੇ ਵਿੱਚ 2 ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ, ਤਾਂ ਦੂਜੇ ਪਾਸੇ ਪਰਨੀਤ ਕੌਰ ਦਾ ਇਹ ਕਹਿਣਾ ਕਿ ਉਹ ਇਲੈਕਸ਼ਨ ਲੜਨ ਦੇ ਲਈ ਤਿਆਰ ਨੇ। ਕੀ ਕਹੋਗੇ ਤੁਸੀਂ ਜਿਹੜਾ ਟਿਕਟਾਂ ਨੂੰ ਲੈ ਕੇ ਕਾਂਗਰਸ ਦੇ ਵਿੱਚ ਅੰਦਰੂਨੀ ਕਲੇਸ਼ ਆ ਰਹੇ? ਦੇਖੋ, ਕਾਂਗਰਸ ਤੇ ਇਕੱਲੀ ਟਿਕਟਾਂ ਹੱਥ ਕਲੇਸ਼ ਨਹੀਂ, ਹਰ ਗੱਲ ਦੇ ਉੱਤੇ ਕਲੇਸ਼ ਹੈ। ਸਿੱਧੂ ਸਾਹਿਬ ਕੁਛ ਕਹਿੰਦੇ ਨੇ, ਬਾਜਵਾ ਸਾਹਿਬ ਕੁਛ ਕਹਿੰਦੇ ਨੇ, ਅੱਗੋਂ ਬਰਦਾਵਾ ਸਾਹਿਬ ਕੁਛ ਕਹਿੰਦੇ ਨੇ, ਕੈਪਟਨ ਸਾਹਿਬ ਕੁਛ ਕਹਿੰਦੇ ਨੇ, ਇਹ ਤਾਂ ਡੱਡੂਆਂ ਦੀ ਪੰਛੇਰੀ ਇਕੱਠੀ ਹੋਈ ਵੀ ਹੈ, ਅਤੇ ਕਦੇ ਵੀ ਖਿੰਡ ਜੂਗੀ। ਮੈਂ ਤੁਹਾਨੂੰ ਇਹ ਵੀ ਦੱਸਦਾ, ਕਦੇ ਵੀ ਖਿੰਡ ਜੂਗੀ।
ਇਹ ਡਿਸੀਜ਼ਨ ਨਹੀਂ ਕਰ ਸਕਦੇ। ਕੈਪਟਨ ਸਾਹਿਬ ਨੇ ਆਪ ਹੀ ਫੈਸਲਾ ਕੀਤਾ ਸੀ ਕਿ ਇੱਕ ਘਰ ਦੇ ਵਿੱਚ ਇੱਕ ਟਿਕਟ ਹੋਊਗੀ, ਅਤੇ ਜੇ ਹੁਣ ਉੱਧਰੋਂ ਟਿਕਟ ਦੀ ਗੱਲ ਕਰਦੇ ਹਾਂ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੋਈ ਕਮਜ਼ੋਰੀ ਆਈ ਹੈ। ਸੋ ਇਹਨਾਂ ਦਾ ਕੋਈ ਦੀਨ ਮਾਣਾ ਅੱਜ ਕੱਲ੍ਹ ਤਾਂ ਹੈ ਨਹੀਂ। ਇਹਨਾਂ ਦਾ ਮਕਸਦ ਇੱਕੋ ਇੱਕ ਸੀ ਕਿ ਵੀ ਸਰਕਾਰ ਲਿਆਓ, ਜਿਵੇਂ ਮਰਜ਼ੀ ਲਿਆਓ, ਝੂਠ ਬੋਲੋ, ਸੱਚ ਬੋਲੋ। ਜਿੰਨਾ ਕੁਛ ਕਿਹਾ ਕਿ ਉਹਦਾ 2% ਵੀ ਕੰਮ ਹੋਇਆ, ਇਹ ਤੁਸੀਂ ਦੱਸੋ ਮੈਨੂੰ। ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਪਣੀ ਡਿਊਟੀ ਬਣਦੀ ਹੈ, ਖਾਸ ਕਰਕੇ ਪ੍ਰੈਸ ਦੀ, ਕਿ ਜਿੱਥੇ ਕਿਤੇ ਕੋਈ ਵੀ ਸਰਕਾਰ ਹੈ ਜਾਂ ਕੋਈ ਹੋਰ ਹੈ ਆਪਣੇ ਵਾਅਦੇ ਤੋਂ ਮੁੱਕਰਦਾ, ਉਸ ਵਾਅਦੇ 'ਤੇ ਪੱਕਾ ਕਰਨਾ, ਇਹ ਆਪਣੀ ਸਾਰਿਆਂ ਦੀ ਡਿਊਟੀ ਬਣਦੀ ਹੈ ਜੀ। ਰਖੜਾ ਸਾਹਿਬ, ਜਿਸ ਤਰ੍ਹਾਂ 2019 ਦੀਆਂ ਚੋਣਾਂ ਦੇ ਲਈ ਹਲੇ ਤੱਕ ਅਕਾਲੀ ਦਲ ਨੇ ਪਟਿਆਲਾ ਲਈ ਆਪਣੇ ਪੱਤੇ ਨਹੀਂ ਖੋਲ੍ਹੇ ਕਿਉਂਕਿ ਮੁੱਖ ਮੰਤਰੀ ਦਾ ਸ਼ਹਿਰ ਹੈਗਾ, ਅਗਰ ਇੱਥੋਂ ਤੁਹਾਨੂੰ ਚੋਣ ਲੜਨ ਲਈ ਕਿਹਾ ਜਾਂਦਾ ਤਾਂ ਕੀ ਕਹੋਗੇ? ਪਾਰਟੀ ਦਾ ਤਾਂ ਹਮੇਸ਼ਾ ਹੁਕਮ ਹੁੰਦਾ ਹੈ, ਪਾਰਟੀ ਹੁਕਮ ਕਰਦੀ ਹੈ। ਸਾਡੇ ਪ੍ਰਧਾਨ ਸਾਹਿਬ ਸਾਹ ਸੁਖਬੀਰ ਸਿੰਘ ਬਾਦਲ ਪਟਿਆਲੇ ਆ ਰਹੇ ਨੇ, ਸਾਰੀ ਕੰਸਟੀਚੁਐਂਸੀ ਦੇ ਵਿੱਚ ਸਾਰੇ ਵਰਕਰਾਂ ਨੂੰ ਮਿਲਣਗੇ, ਜੋ ਫੀਡਬੈਕ ਉਹਨਾਂ ਨੂੰ ਮਿਲੂਗੀ ਉਹ ਫੀਡ ਉਹਨਾਂ ਨੇ ਲਾਗੂ ਕਰਨੀ ਹੈ। ਹਮੇਸ਼ਾ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਇਹ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਕਰਦਾ, ਲੋਕਾਂ ਨਾਲ ਸਲਾਹ ਕਰਕੇ ਫੈਸਲਾ ਕਰਾਂਗੇ ਕਿ ਵੀ ਆਹ ਬੰਦਾ ਕਹਿੰਦੇ ਠੀਕ ਹੈ ਅਤੇ ਇਹਨੂੰ ਟਿਕਟ ਦੇ ਦਿਓ, ਪਰ ਕਰਾਂਗੇ ਲੋਕਾਂ ਦੇ ਨਾਲ ਫੈ। ਚਲੋ ਜੀ, ਰਖੜਾ ਸਾਹਿਬ ਅਗਰ ਗੱਲ ਕਰੀਏ ਤਾਂ ਅਗਰ ਪਾਰਟੀ ਤੁਹਾਨੂੰ ਕਹਿੰਦੀ ਹੈਗੀ ਹੈ ਕਿ ਚੋਣ ਜਿਹੜੀ MP ਚੋਣ ਹੈਗੀ ਹੈ ਤੁਹਾਡੇ ਵੱਲੋਂ ਲੜੀ ਜਾਵੇ ਕਿਉਂਕਿ ਤੁਸੀਂ ਵਫ਼ਾਦਾਰ ਸਿਪਾਹੀ ਹੋ, ਲੰਮੇ ਸਰੇ ਤੋਂ ਅਕਾਲੀ ਦਲ ਨਾਲ ਜੁੜੇ ਹੋਏ, ਚੋਣਾਂ ਵੀ ਜਿੱਤੀਆਂ ਨੇ, ਕੀ ਚੋਣਾਂ ਲੜੋਗੇ ਤੁਸੀਂ? ਦੇਖੋ ਮੈਂ ਤਾਂ ਕਿਹਾ ਵੀ ਪਾਰਟੀ ਦਾ ਤਾਂ ਹੁਕਮ ਹੁੰਦਾ ਹੈ, ਪਾਰਟੀ ਕੋਈ ਇਹ ਨਹੀਂ ਕਹਿੰਦੀ ਕਿ ਤੂੰ ਲੜੇਗਾ ਜਾਂ ਨਾ ਲੜੇਗਾ, ਪਰ ਪਾਰਟੀ ਦਾ ਜੋ ਹੁਕਮ ਹੋਊਗਾ ਹਰ ਸਾਡਾ ਛੋਟਾ ਛੋਟਾ ਵਰਕਰ ਵਿਰੋਧੀ ਗੱਲ ਮੰਨੂਗਾ। ਧੰਨਵਾਦ। ਸਾਡੇ ਨਾਲ ਗੱਲਬਾਤ ਕਰ ਰਹੇ ਸੀ ਸਾਬਕਾ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ, ਜਿਨ੍ਹਾਂ ਦਾ ਕਹਿਣਾ ਹੈਗਾ ਕਿ 2019 ਦੇ ਵਿੱਚ ਅਗਰ ਪਾਰਟੀ ਹਾਈ ਕਮਾਨ ਵੱਲੋਂ ਉਹਨਾਂ ਨੂੰ ਚੋਣ ਲੜਨ ਦੇ ਲਈ ਕਿਹਾ ਜਾਂਦਾ ਤਾਂ ਉਹ ਪਟਿਆਲਾ ਤੋਂ ਚੋਣ ਲੜ ਸਕਦੇ ਨੇ। ਬਹਰਹਾਲ ਉਹਨਾਂ ਨੇ ਇਸ ਗੱਲ ਨੂੰ ਸਾਫ਼ ਨਹੀਂ ਕੀਤਾ ਕਿ ਉਹ ਚੋਣ ਲੜਨਗੇ ਜਾਂ ਨਹੀਂ, ਲੇਕਿਨ ਉਹਨਾਂ ਦਾ ਕਹਿਣਾ ਕਿ ਇਸ ਦਾ ਫੈਸਲਾ ਹੈਗਾ ਜਿਹੜਾ ਪਾਰਟੀ ਕਰੇਗੀ। ਤਾਂ ਦੂਜੇ ਪਾਸੇ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਜਿਹੜੀ ਕਾਂਗਰਸ ਪਾਰਟੀ ਹੈਗੀ ਆ ਉਹ ਕਲੇਸ਼ ਦੀ ਪਾਰਟੀ ਬਣ ਚੁੱਕੀ ਆ ਕਿਉਂਕਿ ਹਰ ਇੱਕ ਜਿਹੜੇ ਨੇਤਾ ਹੈਗੇ, ਨਵਜੋਤ ਸਿੱਧੂ ਦੀ ਗੱਲ ਕਰੀਏ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਜਾਂ ਫਿਰ ਦੂਜੇ ਨੇਤਾਵਾਂ ਦੀ ਗੱਲ ਕਰੀਏ, ਸਭ ਦੀਆਂ ਆਪੋ ਆਪਣੀਆਂ ਅਲੱਗ ਗੱਲਾਂ ਨੇ। ਪਟਿਆਲਾ ਤੋਂ ਕੈਮਰਾਮੈਨ ਕਮਲ ਦੂਆ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ।